ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਕਰਨ ਮੜਾੜ ਮੇਰੇ ਵੀਰ ਸਿੰਮੇ ਧਾਲੀਵਾਲ ਵੱਲੋਂ ਲਿਖਿਆ ਹੋਇਆ ਗੀਤ ਗਾ ਰਿਹਾ। ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੂਗਾ। ਉਹ ਯਾਰਾਂ ਉੱਤੇ ਮਾਣ ਰੱਬ ਜਿੰਨਾ ਬੱਲਿਆ, ਦਸ ਇਕੱਠ ਕਰਨਾ ਆ ਕਿੰਨਾ ਬੱਲਿਆ। ਉਹ ਯਾਰਾਂ ਉੱਤੇ ਮਾਣ ਰੱਬ ਜਿੰਨਾ ਬੱਲਿਆ, ਉਹ ਦਸ ਇਕੱਠ ਕਰਨਾ ਆ ਕਿੰਨਾ ਬੱਲਿਆ। ਦੇਖੀ ਕਿਤੇ ਪਾਲ ਲਈ ਨਾ ਵਹਿਮ ਹੋਏ, ਯਾਰ ਹੁਕਮ ਦੇ ਯੱਕੇ ਜੱਟ ਦੇ। ਉਹ ਬਹੁਤੀਆਂ ਨਾ ਕਰੀਆਂ ਕਮਾਈਆਂ ਨੇ, ਯਾਰ ਪੌਂਡਾਂ ਜਿਹੇ ਖੱਟੇ ਜੱਟ ਨੇ। ਉਹ ਬਹੁਤੀਆਂ ਨਾ ਕਰੀਆਂ ਕਮਾਈਆਂ ਨੇ, ਯਾਰ ਪੌਂਡਾਂ ਜਿਹੇ ਖੱਟੇ ਜੱਟ ਨੇ। ਉਹ ਇੱਕ ਫੋਨ ਉੱਤੇ ਆਉਂਦੇ ਅੱਧੀ ਰਾਤੇ ਉੱਠ ਕੇ, ਲਾਏ ਹੋਇਆ ਵੈਰੀ ਮੂਹਰੇ ਕੁੱਟ ਕੁੱਟ ਕੇ। ਉਹ ਇੱਕ ਫੋਨ ਉੱਤੇ ਆਉਂਦੇ ਅੱਧੀ ਰਾਤੇ ਉੱਠ ਕੇ, ਲਾਏ ਹੋਇਆ ਵੈਰੀ ਮੂਹਰੇ ਕੁੱਟ ਕੁੱਟ ਕੇ। ਉਹ ਫਿਰ ਮੁੜ ਕੇ ਉਹ ਆਏ ਕਦੇ ਮੂਹਰੇ ਨਹੀਂ, ਕੇਰਾਂ ਚੜੇ ਨੇ ਜੋ ਧੱਕੇ ਜੱਟ ਦੇ। ਬਹੁਤੀਆਂ ਨਾ ਕਰੀਆਂ ਕਮਾਈਆਂ ਨੇ, ਯਾਰ ਪੌਂਡਾਂ ਜਿਹੇ ਖੱਟੇ ਜੱਟ ਨੇ। ਉਹ ਬਹੁਤੀਆਂ ਨਾ ਕਰੀਆਂ ਕਮਾਈਆਂ ਨੇ, ਯਾਰ ਪੌਂਡਾਂ ਜਿਹੇ ਖੱਟੇ ਜੱਟ ਨੇ। ਉਹ ਯਾਰਾਂ ਵਿੱਚ ਵੱਸਦੀ ਆ ਜਾਣ ਧਾਲੀਵਾਲ ਦੀ, ਔਖੇ ਵੇਲੇ ਸਦਾ ਤੁਰਦੇ ਨੇ ਜਿਹੜੇ ਨਾਲ ਨਹੀਂ। ਉਹ ਯਾਰਾਂ ਵਿੱਚ ਵੱਸਦੀ ਆ ਜਾਣ ਸਿੰਮੇ ਯਾਰ ਦੀ, ਔਖੇ ਵੇਲੇ ਸਦਾ ਤੁਰਦੇ ਨੇ ਜਿਹੜੇ ਨਾਲ ਨਹੀਂ। ਉਹ ਜਿਹੜੇ ਆਖਦੇ ਸੀ ਇਹ ਤੋਂ ਕੁਝ ਹੋਣਾ ਨਹੀਂ, ਭੁਲੇਖੇ ਸਾਰਿਆਂ ਦੇ ਕੱਢੇ ਜੱਟ ਨੇ। ਬਹੁਤੀਆਂ ਨਾ ਕਰੀਆਂ ਕਮਾਈਆਂ ਨੇ, ਯਾਰ ਪੌਂਡਾਂ ਜਿਹੇ ਖੱਟੇ ਜੱਟ ਨੇ। ਬਹੁਤੀਆਂ ਨਾ ਕਰੀਆਂ ਕਮਾਈਆਂ ਨੇ, ਯਾਰ ਪੌਂਡਾਂ ਜਿਹੇ ਖੱਟੇ ਜੱਟ ਨੇ। ਜੇ ਵਧੀਆ ਲੱਗਿਆ ਜੀ ਤਾਂ ਸ਼ੇਅਰ ਜ਼ਰੂਰ ਕਰਿਓ, ਸਾਡਾ ਯੂਟਿਊਬ ਚੈਨਲ ਪਲੀਜ਼ ਉਹਨੂੰ ਵੀ ਸਬਸਕ੍ਰਾਈਬ ਕਰੋ। ਧੰਨਵਾਦ।